ਆਰਕੇ ਮਾਡਰਨ ਸਕੂਲ ਦਾ ਐਨੂਅਲ ਫੰਕਸ਼ਨ ਹੈ ਔਰ ਬੱਚਿਆਂ ਨੇ ਬਹੁਤ ਹੀ ਰੰਗਾਰੰਗ ਕਾਰਜਕ੍ਰਮ ਇੱਥੇ ਪੇਸ਼ ਕੀਤੇ ਔਰ ਹਰ ਤਰੀਕੇ ਦੇ ਪ੍ਰੋਗਰਾਮ ਇੱਥੇ ਪੇਸ਼ ਕੀਤੇ ਗਏ, ਸੱਭਿਆਚਾਰ ਤੋਂ ਰਿਲੇਟਡ, ਐਜੂਕੇਸ਼ਨ ਤੋਂ ਰਿਲੇਟਡ। ਔਰ ਇਸ ਕਾਰਜਕ੍ਰਮ ਨੂੰ ਵੇਖ ਕੇ ਲੱਗਦਾ ਹੈ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਲਿਖਾਈ ਦਾ ਇੱਥੇ ਕਾਰਜਕ੍ਰਮ ਹੁੰਦਾ ਹੈ। ਔਰ ਇਹ ਸਕੂਲ 88 ਫੁੱਟ ਰੋਡ 'ਤੇ ਹੈ ਔਰ ਵੈਸੇ ਏਰੀਆ ਪਛੜਿਆ ਹੋਇਆ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ, ਖਾਸ ਕਰ ਸਰਦਾਰ ਦਿਲਬਾਗ ਸਿੰਘ ਜੀ ਜੋ ਕਿ ਪ੍ਰੈਸੀਡੈਂਟ ਨੇ ਔਰ ਉਹਨਾਂ ਦੀ ਸਾਰੀ ਟੀਮ ਹੈ, ਉਹਨਾਂ ਦਾ ਧੰਨਵਾਦ ਕਰਾਂ ਕਿ ਇਸ ਏਰੀਏ ਦੇ ਵਿੱਚ ਇੱਕ ਕੁਆਲਿਟੀ ਐਜੂਕੇਸ਼ਨ ਦੇ ਰਹੇ ਨੇ ਔਰ ਬੱਚਿਆਂ ਨੂੰ ਹਰ ਤਰੀਕੇ ਦੇ ਨਾਲ ਚੰਗੀ ਤੋਂ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ। ਔਰ ਇਸ ਸਕੂਲ ਦੇ ਵਿੱਚ ਖਾਸ ਕਰਕੇ ਦੇਖੋ ਮੈਨੂੰ ਇਹ ਵੇਖਣ ਨੂੰ ਮਿਲਿਆ ਕਿ ਇੱਕ ਪਰਿਵਾਰ ਹੈ, ਕਿਉਂਕਿ ਇੱਥੇ ਰਾਸ਼ਾ ਦੇ ਦੇਖੋ ਸਾਰੇ ਹੀ ਸਰਦਾਰ ਹਰਪਾਲ ਸਿੰਘ ਜੀ ਔਰ ਉਹਨਾਂ ਦੀ ਕਾਰਜਕਾਰਨੀ ਦੇ ਸਾਰੇ ਹੀ ਮੈਂਬਰ ਆਏ ਨੇ ਔਰ ਅਸੀਂ ਸਾਰੇ ਰਲ ਮਿਲ ਕੇ, ਸਾਡਾ ਇਹੀ ਪ੍ਰਯਾਸ ਹੈ ਕਿ ਬੱਚਿਆਂ ਦਾ ਸਰਵਾਂਗੀਣ ਵਿਕਾਸ ਹੋਵੇ, ਹਰ ਤਰੀਕੇ ਨਾਲ ਬੱਚੇ ਤਰੱਕੀ ਕਰਨ ਔਰ ਅਸੀਂ ਇਸ ਏਰੀਏ ਦੀ ਤਰੱਕੀ ਵਾਸਤੇ ਵੀ ਕੰਮ ਕਰ ਰਹੇ ਹਾਂ। ਬਤੌਰ MLA ਸਾਡਾ ਫਰਜ਼ ਹੈ ਔਰ ਅਸੀਂ ਕੰਮ ਵੀ ਕਰ ਰਹੇ ਹਾਂ ਕਿ ਏਰੀਆ ਬਿਹਤਰ ਤੋਂ ਬਿਹਤਰ ਬਣਾਇਆ ਜਾਵੇ। ਸਰ ਬੱਚਿਆਂ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਅੱਗੇ ਚੱਲ ਰਹੀ ਹੈ, ਦੇਸ਼ ਦੁਨੀਆ ਨੂੰ ਤੁਸੀਂ ਦੇਖ ਰਹੇ ਹੋ, ਬਹੁਤ ਤਿੱਬਰ ਗਤੀ ਦੇ ਨਾਲ ਦੇਸ਼ ਦੁਨੀਆ ਅੱਗੇ ਤੋਂ ਅੱਗੇ ਜਾ ਰਿਹਾ ਹੈ, ਉਸ ਦਾ ਪ੍ਰਭਾਵ ਪੈਂਦਾ ਹੈ ਅਤੇ ਗਾਰਜੀਅਨ ਦਾ ਅਤੇ ਟੀਚਰਸ ਦਾ ਇਹ ਰੋਲ ਹੁੰਦਾ ਹੈ ਕਿ ਬੱਚਿਆਂ ਨੂੰ ਟੈਕਨੋਲੋਜੀ ਦਾ ਜੋ ਬੁਰਾ ਪ੍ਰਭਾਵ ਹੈ ਉਸ ਤੋਂ ਰੋਕਣਾ ਜ਼ਰੂਰੀ ਹੈ ਔਰ ਟੈਕਨੋਲੋਜੀ ਦਾ ਅਸੀਂ ਪੋਜ਼ੀਟਿਵ ਤਰੀਕੇ ਦੇ ਨਾਲ ਫਾਇਦਾ ਲੈਣਾ ਚਾਹੀਦਾ ਹੈ, ਜੋ ਅਸੀਂ ਬੈਨੀਫਿਟ ਲੈ ਸਕਦੇ ਹਾਂ। ਤਾਂ ਹੀ ਮੈਂ ਹਮੇਸ਼ਾ ਬੋਲਦਾ ਹਾਂ ਕਿ ਟੈਕਨੋਲੋਜੀ ਦਾ ਗੁਲਾਮ ਨਹੀਂ ਬਣਨਾ ਚਾਹੀਦਾ ਹੈ, ਉਸ ਦਾ ਇਸਤੇਮਾਲ ਅਸੀਂ ਕਰਨਾ ਹੁੰਦਾ ਹੈ, ਅਸੀਂ ਉਸ ਦਾ ਗੁਲਾਮ ਨਹੀਂ ਬਣਨਾ ਹੈ। ਅਸੀਂ ਇਸਤੇਮਾਲ ਕਰਕੇ ਆਪਣੇ ਫਾਇਦੇ ਲਈ ਉਹਦੀ ਵਰਤੋਂ ਕਰ ਸਕਦੇ ਹਾਂ, ਲੇਕਿਨ ਉਹਦੀ ਦੂਰ ਵਰਤੋਂ ਕਰਾਂਗੇ ਤਾਂ ਟੈਕਨੋਲੋਜੀ ਸਾਨੂੰ ਗੁਲਾਮ ਬਣਾ ਲੇਗਾ, ਉਹ ਚੰਗੀ ਚੀਜ਼ ਨਹੀਂ ਹੁੰਦੀ। ਹਾਂਜੀ, ਆਰਕੇ ਸਕੂਲ ਤੋਂ ਬੋਲ ਰਿਹਾ, ਅਨਾਮਿਕਾ, ਠੀਕ ਹੈ। ਮੈਂ ਇੱਥੇ ਐਜ਼ ਏ ਪ੍ਰਿੰਸੀਪਲ ਹਾਂ। ਇੱਥੇ ਸਾਡੇ ਬੱਚਿਆਂ ਦਾ ਅੱਜ ਐਨੂਅਲ ਫੰਕਸ਼ਨ ਹੋਇਆ, ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ। ਸਾਡੇ ਬੱਚੇ ਜਿਹੜੇ ਕਿ ਕੋ ਕਰੀਕੁਲਰ ਐਕਟੀਵਿਟੀਜ਼ ਕਰਦੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ। ਡਾਕਟਰ ਕੁਵਰ ਵਿਜੇ ਪ੍ਰਤਾਪ ਜੀ ਆਏ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰਾਈਜ਼ ਦਿੱਤਾ, ਔਰ ਹੋਰ ਸਾਡੇ ਸਕੂਲ ਦੇ UK ਰਾਸਾ ਦੇ ਆਏ ਸੀ ਚੇਅਰਮੈਨ ਹਰਪਾਲ ਸਿੰਘ ਜੀ, ਉਹਨਾਂ ਨੇ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ। ਸਾਡੇ ਸਮੂਹ ਸਟਾਫ ਨੇ, ਸਾਡੇ ਬੱਚਿਆਂ ਨੇ, ਸਾਰਿਆਂ ਨੇ ਯੋਗਦਾਨ ਦਿੱਤਾ ਇਸ ਕਾਰਜਕ੍ਰਮ ਨੂੰ ਪੂਰਾ ਕਰਨ ਦਾ। ਆਰਕੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਐਨੂਅਲ ਫੰਕਸ਼ਨ ਰੱਖਿਆ ਗਿਆ, ਜਿਸ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਜੀ IPS MLA ਇਸ ਹਲਕੇ ਦੇ, ਨੌਰਥ ਹਲਕੇ ਦੇ MLA, ਰਾਸਾ UK ਦੇ ਸਾਰੇ ਪ੍ਰਤੀਨਿਧੀ, ਸਰਦਾਰ ਹਰਪਾਲ ਸਿੰਘ ਜੀ, HS ਖਠਾਣੀਆਂ ਜੀ, ਰਵੀ ਜੀ, ਰਵੀ DR ਸਕੂਲ ਤੋਂ, ਸਾਰੇ ਜਿੰਨੇ ਵੀ ਸਾਡੇ ਗੁਰਮੁਖ ਸਿੰਘ, ਅਰਜਨ ਮੰਗਾ, ਸਾਰੇ ਜਿਹੜੇ ਅਹੁਦੇਦਾਰ ਸਾਰੇ ਰਾਸਾ ਦੇ ਪਹੁੰਚੇ ਆ ਔਰ ਇਸ ਪ੍ਰੋਗਰਾਮ ਨੂੰ ਚਾਰ ਚਰਨ ਲਾਏ ਆ। ਔਰ ਮੈਂ ਕੁਵਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਸਾਡੇ ਸਕੂਲ ਦੇ ਚਰਨ ਪਾਏ ਔਰ ਬੱਚਿਆਂ ਨੂੰ ਬਹੁਤ ਵਧੀਆ ਗੱਲਾਂ ਦੱਸੀਆਂ ਵੀ ਬੱਚਿਆਂ ਨੇ ਕਿਸ ਤਰ੍ਹਾਂ ਅੱਗੇ ਜੀਵਨ 'ਚ ਆਪਣੇ ਵਧਣਾ ਆ, ਕਿਸ ਤਰ੍ਹਾਂ ਕਾਮਯਾਬੀ ਹਾਸਲ ਕਰਨੀ ਆ, ਕਿਉਂਕਿ ਪੜ੍ਹਿਆ ਲਿਖੇ ਬੰਦੇ ਜਿਹੜੇ ਵਿਚਾਰ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ, ਕਿਉਂਕਿ ਹਰ ਬੰਦੇ ਦੇ ਵੱਖਰੇ ਵੱਖਰੇ ਵਿਚਾਰ ਨੇ। ਔਰ ਜਿਹੜਾ ਪੜ੍ਹਿਆ ਲਿਖਿਆ ਬੰਦਾ ਚੰਗਾ ਕੈਂਡੀਡੇਟ ਆ ਉਹ ਚੰਗੀ ਗੱਲ ਕਰਦਾ ਔਰ ਬੱਚਿਆਂ ਨੂੰ ਮੋਟੀਵੇਸ਼ਨ ਕਰਦਾ ਵੀ ਬੱਚਿਆਂ ਨੇ ਕਿੱਦਾਂ ਅੱਗੇ ਵਧਣਾ, ਇਸ ਤਰ੍ਹਾਂ ਫੀਲਡ ਦੇ ਵਿੱਚ ਜਾਣਾ। ਇਸ ਕਰਕੇ ਸਰਦਾ ਔਰ ਸਾਰੇ ਜਿੰਨੇ ਵੀ ਪੇਰੈਂਟਸ ਸਾਹਿਬਾਨ ਆਏ ਆ ਔਰ ਸਾਰੇ ਮੇਰਾ ਬੇਟਾ ਨਾਪ੍ਰੀਤ ਸਿੰਘ ਜਿਹਨੇ ਇਸ ਕੰਮ ਨੂੰ ਬੜਾ ਵਧੀਆ ਨੇਪਰੇ ਚਾੜਿਆ, ਵਧੀਆ ਤਰ੍ਹਾਂ ਕੀਤਾ, ਕਿਉਂਕਿ ਇਹ ਵੱਡੇ ਬੰਦੇ ਹੋ ਗਏ ਹੁਣ, ਇਹੋ ਹੀ ਸਾਰਾ ਕੰਮ ਸਾਂਭਦੇ ਆ। ਮੈਡਮ ਅਨਾਮਿਕਾ ਜੀ, ਜਸਵੰਤ ਮੈਡਮ ਨੇ, ਸੋਨਾ ਮੈਡਮ ਨੇ, ਹੋਰ ਜਿਹੜੇ ਬਾਕੀ ਸਾਰਾ ਸਟਾਫ ਹੈ ਜਿਹਨਾਂ ਸਾਰੇ ਰਲ ਕੇ ਇਸ ਕਾਰਜ ਨੂੰ ਪੂਰਾ ਕੀਤਾ, ਮੇਰੇ ਦੋਸਤ ਸਰ ਮਨਜੀਤ ਸਿੰਘ ਜੀ ਜਗਦੇਵ ਕਲਾਂ ਤੋਂ, ਔਰ ਉਹਨਾਂ ਦਾ ਬੜਾ ਸਹਿਯੋਗ ਰਿਹਾ ਮੇਰੇ ਨਾਲ ਇਸ ਫੰਕਸ਼ਨ ਦੇ ਵਿੱਚ, ਔਰ ਸਾਰੇ ਭੈਣ ਭਰਾਵਾਂ ਦਾ ਜਿਹਨੇ ਰਾਸਾ UK ਦੇ ਜਿੰਨੇ ਵੀ ਕੈਂਡੀਡੇਟ ਆ ਔਰ ਜਿੰਨੇ ਵੀ ਸਾਡੇ ਪੇਰੈਂਟਸ ਆ
ਔਰ ਸਾਰਿਆਂ ਦੇ ਧੰਨਵਾਦ ਦੇ ਨਾਲ ਜਿਹੜਾ ਫੰਕਸ਼ਨ ਜਿਹੜਾ ਬੜਾ ਵਧੀਆ ਸੰਪੰਨ ਹੋਇਆ ਔਰ ਸਾਰੇ ਖੁਸ਼ੀ ਖੁਸ਼ੀ ਬੱਚੇ ਜਿਹੜੇ ਆ ਆਪਣੇ ਘਰਾਂ ਨੂੰ ਜਾ ਰਹੇ ਆ।